ਮੈਂ ਹੁਣ ਡੇਂਜਰ ਜ਼ੋਨ ਦੀ ਪਰਫਾਰਮੈਂਸ ਦੇਣ ਲਈ ਜਾ ਰਹੀ ਹਾਂ। ਕੰਪੀਟੀਸ਼ਨ ਬਹੁਤ ਟਫ ਹੁੰਦਾ ਜਾ ਰਿਹਾ ਅਤੇ ਮੇਰੇ ਕੋਲ ਇਹ ਇੱਕ ਆਖਰੀ ਮੌਕਾ ਇਸ ਸ਼ੋਅ ਵਿੱਚ ਬਣੇ ਰਹਿਣ ਦਾ, ਅਤੇ ਮੈਂ ਕੋਸ਼ਿਸ਼ ਕਰਾਂਗੀ ਵਧੀਆ ਨਿਭਾਵਾਂ ਅਤੇ ਸੇਫ ਹੋ ਕੇ ਆਵਾਂ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਆਖਰੀ ਪਰਫੋਰਮੈਂਸ ਅੱਜ ਦੇ ਮੁਕਾਬਲੇ ਦੀ, ਭਾਜੀ ਪਹਿਲਾਂ ਮੈਂ ਤੁਹਾਡੇ ਦੋਨਾਂ ਤੋਂ ਪੁੱਛਣਾ ਚਾਹੂੰਗਾ ਜੀ, ਕਿੱਦਾਂ ਦਾ ਲੱਗਿਆ ਜੀ ਆਲ ਇਨ ਆਲ? ਮਿਰਜ਼ਾ ਜਿਹੜਾ ਗਾਇਆ ਜਾਂਦਾ ਹੈ, ਅਸੀਂ ਸਟੇਜਾਂ 'ਤੇ ਪਰਫੋਰਮੈਂਸ ਕਰਦੇ ਹਾਂ, ਮਿਰਜ਼ੇ ਦੀ ਬੜਾ ਹਿੱਕ ਦੇ ਜ਼ੋਰ ਨਾਲ ਗਾਇਆ ਜਾਂਦਾ। ਇਹ ਉਹ ਚੀਜ਼ਾਂ ਨੇ ਜੋ ਦੱਸਦੀਆਂ ਨੇ ਕਿ ਬੰਦੇ ਅੰਦਰ ਕਿੰਨਾ ਕਰੰਟ ਹੈ। ਬਿਲਕੁਲ ਜੀ। ਸੋ ਇਹਨਾਂ ਨੇ ਬਹੁਤ ਹੀ ਵਧੀਆ ਗਾਇਆ, ਬਹੁਤ ਵਧੀਆ ਵੋਕਲ ਹੈ ਇਹਨਾਂ ਦੀ, ਫੋਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਨੇ ਨਿਭਾਇਆ ਹੈ। ਪਰਮਾਤਮਾ ਹੋਰ ਇਹਨਾਂ ਦੇ ਗਲੇ ਵਿੱਚ ਮਿਠਾਸ ਪਾਵੇ ਅਤੇ ਚੜ੍ਹਦੀਆਂ ਕਲਾ ਬਖਸ਼ੇ। ਥੈਂਕ ਯੂ ਸਰ। ਪ੍ਰਿੰਸ ਭਾਜੀ, ਸੋ ਮੈਂ ਬੜੀ ਦੇਰ ਦਾ ਗੌਰ ਕਰ ਰਿਹਾ ਸੀਗਾ ਕਿ ਬੈਠੇ ਨੇ ਸਾਹਮਣੇ ਸੂਟ ਪਾਇਆ, ਮਤਲਬ ਕਿ ਬਹੁਤ ਅੱਛਾ ਲੱਗ ਰਿਹਾ ਸੀਗਾ ਕਿ ਕਿਉਂਕਿ ਅੱਜ ਕੱਲ੍ਹ ਕੁੜੀਆਂ ਸੂਟ ਪਾਉਣਾ ਭੁੱਲ ਗਈਆਂ ਨੇ। ਸੋ ਬਹੁਤ ਵਧੀਆ ਲੱਗ ਰਿਹਾ ਸੀਗਾ ਅਤੇ ਗਾਇਆ ਇਹਨਾਂ ਨੇ ਬਾ ਕਮਾਲ। ਸੋ ਹਮੇਸ਼ਾ ਇੱਦਾਂ ਗਾਓ, ਪਰਮਾਤਮਾ ਤੁਹਾਡੀ ਆਵਾਜ਼ ਵਿੱਚ ਹੋਰ ਬਰਕਤ ਪਾਵੇ ਅਤੇ ਜਿਉਂਦੇ ਰਹੋ, ਚੜ੍ਹਦੀ ਕਲਾ। ਥੈਂਕ ਯੂ ਸਰ। ਰੋਸ਼ਨ ਭਾਜੀ, ਪਿਓਰ ਪੰਜਾਬਣ, ਆਵਾਜ਼ ਤੋਂ ਵੀ, ਪਹਿਰਾਵੇ ਤੋਂ ਵੀ, ਲਿਆਕਤ ਤੋਂ ਵੀ, ਪਰਮਾਤਮਾ ਚੜ੍ਹਦੀ ਕਲਾ 'ਚ ਤੁਹਾਨੂੰ ਰੱਖੇ। ਮੇਰੇ ਵੱਲੋਂ ਇੱਕ ਕੈਂਡਮ ਕੈਂਡ ਪਰਫੋਰਮੈਂਸ ਸੀ, ਔਰ ਇਸੇ ਤਰੀਕੇ ਨਾਲ ਗੱਡ ਕੇ ਗਾਉਂਦੇ ਰਹੋ, ਜਿਉਂਦੇ ਵੱਸਦੇ ਰਹੋ। ਥੈਂਕ ਯੂ ਸਰ। ਪੂਜਾ ਜੀ, ਨਵਰੀਤ ਜੀ, ਛਾ ਗਏ ਤੁਸੀਂ। ਥੈਂਕ ਯੂ ਮੈਮ। ਕਿਆ ਬਾਤ ਹੈ, ਬਹੁਤ ਸੋਹਣੀ ਪਰਫੋਰਮੈਂਸ ਸੀ। ਜਦੋਂ ਤੁਸੀਂ ਪਹਿਲੀ ਲਾਈਨ 'ਚ ਸਲਾਮ ਬੋਲਿਆ ਸੀ ਨਾ, ਉਹਨੇ ਹੀ ਖਿੱਚ ਲਿਆ ਸੀ ਤੁਹਾਡੇ ਵੱਲ। ਮੇਰਾ ਲੈ ਜਾ ਸਲਾਮ ਦੁਆ, ਉਹ ਲਾਈਨ ਇੱਕ ਵਾਰ ਬੋਲ ਕੇ ਸੁਣਾ ਦੋਗੇ ਦੁਬਾਰਾ? ਹਾਂਜੀ ਮੈਮ। ਹੋ ਮੇਰੀ ਗੱਲ ਸੁਣ ਕਰਮੂ ਬਾਹਮਣਾ,
ਮੇਰਾ ਲੈ ਜਾ ਸਲਾਮ ਦੁਆ। ਕਿਆ ਬਾਤ, ਸੋ ਬਹੁਤ ਵਧੀਆ ਸੀ ਤੁਹਾਡੀ ਪਰਫੋਰਮੈਂਸ ਐਂਡ ਬਿਲਕੁਲ ਸੁਰਲੀਸ਼ੀਅਸ ਪਰਫੋਰਮੈਂਸ। ਥੈਂਕ ਯੂ। ਸੋ ਮੈਂ ਕੁੜੀ ਨੂੰ ਥੋੜ੍ਹਾ ਜਿਹਾ ਪਿਆਰ ਦੇਣਾ ਚਾਹੁੰਦਾ ਹਾਂ। ਕਿਆ ਬਾਤ ਹੈ। ਨੀ ਮੈਂ ਦਿਨ ਚੜ੍ਹਦੇ ਹੀ ਕੱਲ ਨੂੰ ਮਿਲੂ ਪੀਪੋ ਤੇ ਕਰਿਆ ਨੀ ਤੇਰੇ ਚੰਦੜ ਸਾਰੇ ਵੇਖ। ਸੋ ਬਹੁਤ ਵਧੀਆ, ਪਰਮਾਤਮਾ ਤੁਹਾਡੀ ਆਵਾਜ਼ ਵਿੱਚ ਇਦਾਂ ਹੀ ਹਮੇਸ਼ਾ ਬਰਕਤ ਪਾਵੇ। ਜਾਉਂਦੇ ਰਹੋ, ਜਾਉਂਦੇ ਰਹੋ। ਥੈਂਕ ਯੂ ਭਾਈ, ਥੈਂਕ ਯੂ ਸੋ ਮਚ। ਬਣ ਕੇ ਰਹੇ ਜੋ ਆ। ਸਚਿਨ ਭਾਈ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਜ਼ਿੰਦਾਬਾਦ। ਥੈਂਕ ਯੂ ਸਰ। ਮੇਰੇ ਵੱਲੋਂ ਸੀ ਇਹ ਸੁਪਰ ਡੁਪਰ ਹਿੱਟ ਪਰਫਾਰਮੈਂਸ। ਥੈਂਕ ਯੂ ਸਰ। ਥੈਂਕ ਯੂ ਨਵਰੀ ਜੀ, ਪਲੀਜ਼ ਇੱਕ ਵਾਰ ਤਾੜੀਆਂ ਜੀ ਕੁੜੀ ਦੇ।